ਆ ਵੇਖੋ ਤੇਜ਼ ਰਫ਼ਤਾਰ ਕਾਰ ਦਾ ਕਹਿਰ ਡਿਵਾਈਡਰ 'ਚ ਜਾ ਵੱਜੀ ਈਕੋ ਸਪੋਰਟਸ ਕਾਰ ਟੱਕਰ ਤੋਂ ਬਾਅਦ ਗੱਡੀ ਖਾ ਗਈ ਕਈ ਪਲਟੀਆਂ ਹਾਦਸੇ ਦੇ ਵਿੱਚ 4 ਲੋਕਾਂ ਦੀ ਹੋ ਗਈ ਮੌਤ ਤਾਂ ਦੱਸ ਦੇ ਕਿ ਇੱਕ ਵੱਡਾ ਹਾਦਸਾ ਹੋਇਆ ਜਿੱਥੇ ਇੱਕ ਤੇਜ਼ ਰਫ਼ਤਾਰ ਕਾਰ ਸੰਤੁਲਨ ਖੋਣ ਤੋਂ ਬਾਅਦ ਡਿਵਾਈਡਰ ਦੇ ਵਿੱਚ ਜਾ ਵੱਜਦੀ ਹੈ ਅਤੇ ਇਸ ਹਾਦਸੇ ਦੇ ਵਿੱਚ 4 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 3 ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਈਕੋ ਸਪੋਰਟਸ ਕਾਰ ਸੀ ਜਿਹੜੇ ਕਿ ਬੜੀ ਰਫ਼ਤਾਰ ਦੇ ਨਾਲ ਆ ਰਹੀ ਸੀ ਜਿਸ ਤੋਂ ਬਾਅਦ ਇਹ ਆਪਣਾ ਸੰਤੁਲਨ ਖੋ ਦਿੰਦੀ ਹੈ ਅਤੇ ਫਿਰ ਇਹ ਡਿਵਾਈਡਰ ਦੇ ਵਿੱਚ ਜਾ ਕੇ ਵੱਜਦੀ ਹੈ ਤਾਂ ਟੱਕਰ ਤੋਂ ਬਾਅਦ ਮੌਕੇ 'ਤੇ ਇਹ ਕਈ ਪਲਟੀਆਂ ਖਾ ਜਾਂਦੀ ਹੈ ਜਿਸ ਕਾਰਨ 4 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 3 ਲੋਕ ਗੰਭੀਰ ਦੱਸੇ ਜਾ ਰਹੇ ਨੇ ਤਾਂ ਦੱਸ ਦੇ ਕਿ ਮੇਵਾਤ ਦੇ ਵਿੱਚ ਇਹ ਹਾਦਸਾ ਹੋਇਆ ਜਿੱਥੇ ਮੁੰਬਈ ਐਕਸਪ੍ਰੈਸ ਦੇ ਉੱਤੇ ਇਹ ਵੱਡਾ ਹਾਦਸਾ ਵਾਪਰ ਗਿਆ ਜਿਸ ਦੇ ਵਿੱਚ 4 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 3 ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾ ਦਿੱਤਾ ਗਿਆ ਜਦਕਿ ਮ੍ਰਿਤਕਾਂ ਨੂੰ ਪੋਸਟਮਾਰਟਮ ਹਾਊਸ ਦੇ ਵਿੱਚ ਭਿਜਵਾ ਦਿੱਤਾ ਗਿਆ ਤਾਂ ਵੱਡਾ ਹਾਦਸਾ ਹੋਇਆ ਤੇਜ਼ ਰਫ਼ਤਾਰ ਦੇ ਕਾਰਨ ਵੱਡਾ ਹਾਦਸਾ ਹੋਇਆ ਤਾਂ ਨੈਸ਼ਨਲ ਹਾਈਵੇ ਹੈ ਜਿੱਥੇ ਤੇਜ਼ ਰਫ਼ਤਾਰ ਕਾਰਾਂ ਜਾਂਦੀਆਂ ਨੇ ਪਰ ਇੱਥੇ ਸੰਤੁਲਨ ਖੋ ਬੈਠੀ ਇਹ ਕਾਰ ਜਿਸ ਕਾਰਨ ਇਹ ਵੱਡਾ ਹਾਦਸਾ ਵਾਪਰ ਗਿਆ ਤਾਂ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਵੇਖ ਸਕਦੇ ਹੋ ਕਿੰਨਾ ਭਿਆਨਕ ਹਾਦਸਾ ਸੀ ਗੱਡੀ ਟੁੱਟ ਕੇ ਚੱਕਣਾ ਚੂਰ ਹੋ ਗਈ ਹੈ ਕਿਉਂਕਿ ਟੱਕਰ ਤੋਂ ਬਾਅਦ ਇਹ ਕਈ ਪਲਟੀਆਂ ਖਾ ਜਾਂਦੀ ਹੈ ਜਿਸ ਕਾਰਨ ਕਾਰ ਦਾ ਵੀ ਕਾਫੀ ਨੁਕਸਾਨ ਹੋ ਗਿਆ ਪਰ 4 ਲੋਕਾਂ ਦੀ ਇਸ ਦੇ ਵਿੱਚ ਜਾਨ ਚਲੀ ਗਈ ਹੈ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਵੀ ਪਹੁੰਚਦੀ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸਰ ਅੱਜ ਐਕਸੀਡੈਂਟ ਹੋਇਆ ਹੈ ਮੁੰਬਈ ਦਿੱਲੀ ਐਕਸਪ੍ਰੈਸ ਰੋਡ ਪਰ ਕੀ ਮਾਮਲਾ ਹੈ ਕਿੰਨੇ ਡੈਡ ਬੋਡੀ ਆਈ ਸਰ ਕਿੰਨੇ ਮਰੀਜ਼ ਹੈ ਕਿੰਨੇ ਸੀਰੀਅਸ ਹੈ ਕੀ ਹੋ ਰਿਹਾ ਟੋਟਲ ਹਮਾਰੇ ਪਾਸ 4 ਮਰੀਜ਼ ਆਏ ਥੇ ਜੋ ਜ਼ਿੰਦਾ ਥੇ ਉਸ ਮੇ ਸੇ ਇੱਕ ਕੀ ਆਪਤੀ ਡੈਥ ਹੋ ਗਈ ਥੀ ਉਸ ਕਾ ਨਾਮ ਸੰਭਵ ਥਾ 3 ਜੋ ਮਰੀਜ਼ ਥੇ ਵੋ ਸੀਰੀਅਸ ਥੇ ਹਮਨੇ ਆਗੇ ਉਨਕੋ ਸੀਟੀ ਸਕੈਨ ਔਰ ਆਗੇ ਕੇ ਲੀਏ ਨਲਰ ਮੈਡੀਕਲ ਕਾਲਜ ਕੇ ਅੰਦਰ ਰੈਫਰ ਕਰ ਦਿਆ ਹੈ उसके अलावा 3 डेड बॉडी एम्बुलेंस वहीं से मौके से लेके आई थी उनके नाम है दीपांशु पीयूष आंचल एक की डेथ यहाँ पे आ गई टोटल जो है 7 लोग आए थे जिसमें से 3 जो है वो जिंदा हैं अभी आगे गए 4 डेथ हो चुकी है सर कब तक पोस्टमार्टम अभी पुलिस पेपर लेके आएंगी तो हम शुरू कर देंगे तो सर इनके परिजन और भी आए सर सामने अभी हमारे सामने तो नहीं आए वो लोग बता रहे हैं कि जिस मेरठ से थे शायद वहां से चले हुए हैं तो पुलिस वालों को पता है वो कहाँ पे पहुंचे उनकी बात हुई ये करीब 7:15 बजे से फोन आया था मुंबई हाईवे पे एक्सीडेंट हो गया हम वहाँ पहुंचे तो वहाँ एक इको सपोर्ट गाड़ी है जिसमें ये 7 बंदे थे 4 डेड हो गए हैं 3 इंजर्ड हैं जो रेफर कर दिए हैं आगे के लिए इनके परिजनों को सूचित कर दिया गया वो मेरठ से आ रहे हैं तो अभी उन्हें टाइम लग रहा आने में मेरठ से आने हैं तो उनके बाद ही पोस्टमार्टम होगा आने पर उनके बाद ही आने पर पोस्टमार्टम होगा जैसे वो बयान देंगे उस हिसाब से कार्रवाई होगी आगे किस तरह एक्सीडेंट हुआ है ये किसी से टकराए नहीं अनबैलेंस हुआ है या कोई इनके आगे आगे वो तो वो जब इंजर्ड से बात होगी वो बताएंगे घायल गंभीर रूप से कितने लोग हैं गंभीर रूप से इसमें 2 हैं एक लेडीज है वो बोल रही है मरने वालों में 2 जेंट्स हैं एक लेडीज है एक बच्चा है करीब 13-14 साल का